ਆਪਾਂ ਨੂੰ ਆਪਣੇ ਰਾਜ ਦੀ ਗੱਲ ਕਰਨਾ ਬਹੁਤ ਮਾਣ ਵਾਲੀ ਗੱਲ ਆ, ਉਹ ਆਪਾਂ ਨੂੰ ਕਰਨੀ ਚਾਹੀਦੀ ਆ। ਇਹ ਹਰ ਇੱਕ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਆਪਦੀ ਆਜ਼ਾਦੀ ਦੀ ਗੱਲ ਕਰਨਾ ਕਿ ਆਪਦਾ ਰਾਜ ਜਿਹੜਾ ਆਪਣੇ ਤੋਂ ਖੁੱਸ ਗਿਆ ਜਾਂ ਧੋਖੇ ਨਾਲ ਲੈ ਲਿਆ ਤੇ ਆਪਾਂ ਆਪਣੇ ਰਾਜ ਦੀ ਗੱਲ ਕਿਉਂ ਨਾ ਕਰੀਏ। ਦਿੱਲੀ ਹਮੇਸ਼ਾ ਹੀ ਡਿੱਕਾ ਲਾਉਂਦੀ ਰਹੀ ਆ ਤੇ ਲਾਉਂਦੀ ਵੀ ਰਹੂਗੀ। ਉਹ ਆਪਾਂ ਨੂੰ ਬਹੁਤ ਤਰੀਕੇ ਨਾਲ ਡਰਾਇਆ ਵੀ ਜਾਂਦਾ ਗਾ, ਧਮਕਾਇਆ ਵੀ ਜਾਂਦਾ ਗਾ, ਦੱਬਿਆ ਵੀ ਜਾਂਦਾ, ਪਰ ਇਹ ਚੀਜ਼ਾਂ 'ਚੋਂ ਆਪਾਂ ਨੂੰ ਉਹਨਾਂ ਦੀਆਂ ਖੋਜੀਆਂ ਚਾਲਾਂ ਸਮਝ ਕੇ ਤਕੜੇ ਹੋ ਕੇ ਇੱਕਜੁੱਟ ਹੋ ਕੇ ਆਪਾਂ ਨੂੰ ਆਪਣੀ ਲੜਾਈ ਅੱਗੇ ਵਧਾਉਣੀ ਚਾਹੀਦੀ ਆ। ਇਹ ਯਾਦਗਾਰੀ ਹੁੰਦੀ ਆ ਜਿਹੜੀ ਆਪਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਬੱਚਿਆਂ ਨੂੰ ਇਹ ਪ੍ਰੇਰਣਾ ਦਿੰਦੀ ਆ ਵੀ ਇਹ ਆਪਣੇ ਸ਼ਹੀਦਾਂ ਨੇ ਆਪਦੀਆਂ ਜ਼ਿੰਦਗੀਆਂ ਆਪਣੇ ਪੰਥ ਵਾਸਤੇ ਵਾਰਤੀਆਂ ਤੇ ਆਪਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਅੱਜ ਆਪਾਂ ਇੱਥੇ ਸਾਰੇ ਭਾਈ ਸਾਹਿਬ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਕੱਠੇ ਹੋਏ ਹਾਂ। ਇਹ ਉਹ ਸਨ ਜਿਨ੍ਹਾਂ ਬਾਰੇ ਜਿੰਨਾ ਕਿਹਾ ਜਾਵੇ ਓਨਾ ਹੀ ਘੱਟ ਆ। ਜੇ ਆਪਾਂ ਗੱਲ ਕਰੀਏ ਵੀ ਬਾਈ ਨਿੱਜਰ ਦੇ ਅੰਦਰ ਇੱਕ ਚਿਣਗ ਸੀ ਆਪਣੇ ਪੰਥ ਪ੍ਰਤੀ ਤੇ ਆਪਣੇ ਪੰਜਾਬ ਪ੍ਰਤੀ। ਜੇ ਆਪਾਂ ਪੰਜਾਬ ਪ੍ਰਤੀ ਚਿਣਗ ਦੀ ਗੱਲ ਕਰਦੇ ਹਾਂ ਤਾਂ ਉਹ ਜਾ ਕੇ ਪੁੱਛੋ ਜਿਹੜੇ ਉੱਥੇ ਨੌਜਵਾਨ ਇੰਗਲੈਂਡ ਦੀ ਧਰਤੀ ਤੇ ਜਾਂਦੇ ਆ ਤੇ ਉਹਨਾਂ ਨਾਲ ਕੀ ਹਸ਼ਰ ਹੁੰਦਾ, ਕੀ ਉਹਨਾਂ ਨੂੰ ਤਕਲੀਫਾਂ ਆਉਂਦੀਆਂ, ਉਹਨਾਂ ਬਾਰੇ ਜਿੰਨਾ ਬਾਈ ਨਿੱਜਰ ਨੇ ਉਹਨਾਂ ਦਾ ਸਾਥ ਦਿੱਤਾ ਇਹ ਉਹੀ ਬਿਆਨ ਕਰ ਸਕਦੇ ਆ। ਤੇ ਜੇ ਆਪਾਂ ਦੂਜੀ ਗੱਲ ਕਰੀਏ ਪੰਥ ਪ੍ਰਤੀ ਜਿਹੜੀ ਚਿਣਗ ਬਾਈ ਦੇ ਅੰਦਰ ਸੀ, ਉਹਨਾਂ ਨੇ ਆਜ਼ਾਦੀ ਦੀ ਲੜਾਈ ਵਿਦੇਸ਼ ਦੀ ਧਰਤੀ ਤੋਂ ਉਸ ਤਰੀਕੇ ਨਾਲ ਹੀ ਜਾਰੀ ਰੱਖੀ ਜਿਵੇਂ ਇੱਕ ਸਿੱਖ ਨੂੰ ਰੱਖਣੀ ਚਾਹੀਦੀ ਸੀ। ਜੇ ਆਪਾਂ ਗੱਲ ਕਰੀਏ ਆਪਦੇ ਰਾਜ ਦੀ ਗੱਲ ਕਰਨਾ ਇੱਕ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਕਿਸੇ ਵੀ ਕੌਮ ਵਾਸਤੇ, ਤੇ ਬਾਈ ਨੇ ਉਹ ਵਿਦੇਸ਼ ਦੀ ਧਰਤੀ ਤੋਂ ਬਾਖੂਬੀ ਨਿਭਾਈ ਆ। ਤੇ ਜਿਹੜੀ ਚਿਣਗ ਦੀ ਗੱਲ ਆ, ਚਿਣਗ ਵੀ ਉਹਨਾਂ ਦੇ ਅੰਦਰ ਉਵੇਂ ਹੀ ਬਲਦੀ ਸੀਗੀ ਜਿਵੇਂ ਕਿ ਜਦੋਂ ਉਹ ਪੰਜਾਬ ਦੀ ਧਰਤੀ ਤੇ ਸੀ। ਤੇ ਸ਼ਹਾਦਤਾਂ ਦਾ ਦੌਰ ਤਾਂ ਪੁਰਾਤਨ ਸਮੇਂ ਤੋਂ ਹੀ ਚੱਲਦਾ ਆਉਂਦਾ। ਜਿਵੇਂ ਆਪਾਂ ਗੱਲ ਕਰੀਏ ਨੌਵੇਂ ਪਾਤਸ਼ਾਹੀ ਨੇ ਦਿੱਲੀ ਨਾਲ ਮੱਥਾ ਲਾ ਕੇ ਆਪਣਾ ਸ਼ੀਸ਼ ਵਾਰਤਾ ਸੀ, ਤੇ ਇਹੀ ਉਸ ਤੋਂ ਬਾਅਦ ਆਪਣੇ ਨਾਲ ਹੁੰਦਾ ਆਇਆ ਗਾ। ਇਹ ਗੁਰੂ ਸਾਹਿਬ ਨੇ ਆਪਾਂ ਨੂੰ ਸੇਧ ਦਿੱਤੀ ਸੀ ਵੀ ਆਪਣਾ ਪੰਥ ਬਚਾਉਣ ਲਈ ਜੇ ਆਪਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਵੇ ਉਹ ਵੀ ਬਹੁਤ ਛੋਟੀ ਚੀਜ਼ ਆ। ਤੇ ਇਹ ਬਾਈ ਨੇ ਆਪਦੀ ਸ਼ਹੀਦੀ ਦੇ ਕੇ ਸਾਬਤ ਕਰਤੀ ਵੀ ਉਹ ਗੁਰੂ ਦੇ ਲਫ਼ਜ਼ਾਂ ਤੇ ਗੁਰੂ ਦੇ ਪੂਰਨਿਆਂ ਤੇ ਪੂਰੇ ਉਤਰੇ ਤੇ ਆਪਦਾ ਆਪ ਵਾਰ ਗਏ। ਤੇ ਆਪਾਂ ਅੱਗੇ ਗੱਲ ਕਰਦੇ ਇਹ ਦੇਖੀਏ ਵੀ ਸੈਂਟਰ ਨੇ ਜਾਂ ਦਿੱਲੀ ਨੇ ਆਪਦਾ ਕਾਰਜ ਨਿਭਾਉਣਾ ਤੇ ਆਪਾਂ ਆਪਣਾ। ਆਪਾਂ ਆਪਣੇ ਆਜ਼ਾਦੀ ਦੀ ਗੱਲ ਕਰਦੇ ਰਵਾਂਗੇ ਤੇ ਸ਼ਹਾਦਤਾਂ ਜਿਹਦੇ ਜਿਹਦੇ ਹਿੱਸੇ ਆਈਆਂ ਉਹ ਪ੍ਰਾਪਤ ਹੋ ਜਾਣਗੀਆਂ। ਤੇ ਆਪਾਂ ਨੂੰ ਆਪਣੇ ਰਾਜ ਦੀ ਗੱਲ ਕਰਨਾ ਬਹੁਤ ਮਾਣ ਵਾਲੀ ਗੱਲ ਆ, ਉਹ ਆਪਾਂ ਨੂੰ ਕਰਨੀ ਚਾਹੀਦੀ ਆ। ਇਹ ਹਰ ਇੱਕ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਆਪਦੀ ਆਜ਼ਾਦੀ ਦੀ ਗੱਲ ਕਰਨਾ। ਤੇ ਆਪਾਂ ਤਾਂ
ਬਹੁਤ ਛੇਤੀ ਆਪਦਾ ਰਾਜ ਜਿਹੜਾ ਆਪਣੇ ਤੋਂ ਖੁੱਸ ਗਿਆ ਜਾਂ ਧੋਖੇ ਨਾਲ ਲੈ ਲਿਆ ਤੇ ਆਪਾਂ ਆਪਣੇ ਰਾਜ ਦੀ ਗੱਲ ਕਿਉਂ ਨਾ ਕਰੀਏ। ਤੇ ਇਹਦੇ ਵਿੱਚ ਦਿੱਲੀ ਹਮੇਸ਼ਾ ਹੀ ਡਿੱਕਾ ਲਾਉਂਦੀ ਰਹੀ ਆ ਤੇ ਲਾਉਂਦੀ ਵੀ ਰਹੂਗੀ। ਉਹ ਆਪਾਂ ਨੂੰ ਬਹੁਤ ਤਰੀਕੇ ਨਾਲ ਡਰਾਇਆ ਵੀ ਜਾਂਦਾ ਗਾ, ਧਮਕਾਇਆ ਵੀ ਜਾਂਦਾ ਗਾ, ਦੱਬਿਆ ਵੀ ਜਾਂਦਾ, ਪਰ ਇਹ ਚੀਜ਼ਾਂ ਚੋਂ ਆਪਾਂ ਨੂੰ ਉਹਨਾਂ ਦੀਆਂ ਖੋਜੀਆਂ ਚਾਲਾਂ ਸਮਝ ਕੇ ਤਕੜੇ ਹੋ ਕੇ ਇੱਕਜੁੱਟ ਹੋ ਕੇ ਆਪਾਂ ਨੂੰ ਆਪਣੀ ਲੜਾਈ ਅੱਗੇ ਵਧਾਉਣੀ ਚਾਹੀਦੀ ਆ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ, ਕਿਉਂਕਿ ਇਹ ਯਾਦਗਾਰੀ ਹੁੰਦੀ ਆ ਜਿਹੜੀ ਆਪਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਬੱਚਿਆਂ ਨੂੰ ਇਹ ਪ੍ਰੇਰਣਾ ਦਿੰਦੀ ਆ ਵੀ ਇਹ ਆਪਣੇ ਸ਼ਹੀਦਾਂ ਨੇ ਆਪਦੀਆਂ ਜ਼ਿੰਦਗੀਆਂ ਆਪਣੇ ਪੰਥ ਵਾਸਤੇ ਵਾਰਤੀਆਂ ਤੇ ਆਪਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਤੇ ਮੈਂ ਇੱਕ ਵਾਰ ਤੋਂ ਫਿਰ ਆਈ ਹੋਈ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਆਪਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆ। ਤੇ ਦਲ ਖਾਲਸਾ ਦਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਮੈਂ ਕਹੂੰਗਾ ਪ੍ਰੋਗਰਾਮ ਸ਼ਹੀਦੀ ਸਮਾਗਮ ਉਲੀਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।